ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਉ। ਮੇਰਾ ਕਸਮ ਸੇ ਬਿਲਕੁਲ ਨਹੀਂ ਦਿਲ ਕਰਦਾ ਵੀਡੀਓ ਬਣਾਉਣ 'ਤੇ, ਮੈਂ ਤਾਂ ਵੀਡੀਓ ਬਣਾਉਣੀ ਹੋਈ ਛੱਡ ਦਿੱਤੀ। ਮੈਂ ਕਿਹਾ ਕੀ ਕਰਾਂ, ਇੰਨੀ ਖੱਪ ਗਈ ਹਾਂ ਮੈਂ ਵੀਡੀਓ ਬਣਾ ਬਣਾ ਕੇ, ਇੰਨੀਆਂ ਵੀਡੀਓ ਮੈਂ ਬਣਾ ਛੱਡੀਆਂ ਨੇ ਅਤੇ ਮੇਰਾ ਚੈਨਲ ਉੱਥੇ ਦਾ ਉੱਥੇ ਹੀ ਹੈ। ਮੇਰਾ ਦਿਲ ਹੀ ਨਹੀਂ ਸੀ ਕਰਨ ਡਿਆ, ਇੰਨੇ ਦਿਨ ਹੋਏ ਮੈਂ ਕਿਹਾ ਛੱਡੋ ਪਰਾਂ, ਮੇਰੇ ਕੋਲ ਨਹੀਂ ਬਣਦੀ, ਮੈਂ ਥੱਕ ਗਈ ਸੀ। ਫਿਰ ਮੈਂ ਹੈ ਇਹ ਤਾਂ ਮੈਂ ਹਿੰਮਤ ਹਾਰਨ ਵਾਲੀ ਗੱਲ ਹੈ, ਜੇ ਮੈਂ ਹੁਣ ਹਿੰਮਤ ਹਾਰ ਗਈ ਨਾ ਤਾਂ ਮੇਰਾ ਇੰਨੀ ਮਿਹਨਤ ਜ਼ਾਇਆ ਹੋ ਜਾਣੀ ਹੈ। ਮੈਂ ਅੱਗੇ ਇੰਨੀਆਂ ਵੀਡੀਓ ਇੰਨੀ ਮੁਸ਼ਕਲ ਬਣਾ ਬਣਾ ਕੇ ਲਾਈਆਂ ਤਾਂ ਸਾਰੀਆਂ ਜ਼ਾਇਆ ਹੋ ਜਾਣੀਆਂ ਨੇ, ਚੈਨਲ ਮੇਰਾ ਡਾਊਨ ਹੋ ਜਾਣਾ। ਫਿਰ ਸਹੀ ਗੱਲ, ਮੈਂ ਦੁਬਾਰਾ ਹਿੰਮਤ ਕੀਤੀ ਅੱਜ ਮੈਂ ਬਣਾ ਹੀ ਲਵਾਂ। ਪਲੀਜ਼ ਆਈ ਨੀਡ ਸਪੋਰਟ, ਮੈਨੂੰ ਸਪੋਰਟ ਚਾਹੀਦੀ ਹੈ। ਮੇਰਾ ਚੈਨਲ ਪਲੀਜ਼ ਸ਼ੇਅਰ ਕਰ ਦਿਉ ਤਾਂ ਕਿ ਨਾ ਸਾਰਿਆਂ ਤੱਕ ਮੇਰੀ ਵੀਡੀਓ ਪਹੁੰਚੇ ਅਤੇ ਮੇਰਾ ਚੈਨਲ ਗਰੋ ਹੋਈਏ ਕਿਸੇ ਤਰ੍ਹਾਂ। ਮੈਨੂੰ ਬੜਾ ਸ਼ੌਕ ਹੈ। ਅਸਲਾਮ ਅਲੈਕੁਮ, ਅਸੀਂ ਚੱਲੇ ਸ਼ੋਪਿੰਗ, ਯੂਨੀਫਾਰਮ ਵਗੈਰਾ ਚੀਜ਼ਾਂ ਲੈਣੀਆਂ ਲਾਉਣਾ। ਬੱਚੇ ਚੱਲੇ ਗਏ ਥੱਲੇ, ਮੈਂ ਹੀ ਲੈ ਰਹੀ ਹਾਂ, ਧੁੱਪ ਵੀ ਲੱਗੀ ਹੈ, ਗਰਮੀ ਅੱਜ। ਕੱਲ੍ਹ ਚਸ਼ਮੇ ਤਾਂ ਨਹਾਤੇ ਹਾਂ ਅਤੇ ਠੰਡ ਲੱਗ ਗਈ ਮੈਨੂੰ, ਜ਼ੁਕਾਮ ਜਿਹਾ ਲੱਗ ਗਿਆ। ਚੱਲ ਕੰਮ, ਗੱਡੀ ਸਾਡੀ ਉਹ ਉੱਧਰ ਖੜੀ ਹੈ। ਚਲੋ ਜੀ ਬੈਠੋ ਗਾੜੀ ਮੈਂ। ਹਾਂ ਮੈਂ ਲੋਕ ਕੀਤਾ ਨਾ, ਹਾਂਜੀ ਆ ਗਈ ਹਾਂ, ਸ਼ੋਪਿੰਗ ਹੋ ਗਈ ਆ ਤੇ ਘਰ ਆ ਗਏ। This is Samra going to school and children's. I'm eating crunchy bread with butter. ਅੱਜ ਕੱਪੜੇ ਧੋਤੇ ਨੇ ਚੰਗੇ ਸਾਰੇ, ਮੈਂ ਇਕੱਠੇ ਧੋ ਛੜੇ। ਇਹ ਮੇਰਾ ਬੱਚਾ ਟੈਡੀ ਹੋ ਰਿਹਾ, ਜਾਂ ਹੇਅਰ ਬਰੱਸ਼ ਲਿਆ, ਮੈਂ ਤੇਰਾ ਹੇਅਰ ਬਰੱਸ਼ ਕਰਾਂ। ਬੱਚਿਆਂ ਤੋਂ ਪਹਿਲੇ ਨਾਸ਼ਤਾ ਮੈਂ ਕਰ ਲਿਆ। ਤੇਰੇ ਡੈਡੀ ਹਲੀ ਸੁੱਤੇ ਨੇ, ਜਾ ਉਠਾ। ਚਲ ਜਲਦੀ ਸੇ ਰੈਡੀ ਹੋ ਜਾ, ਬਟਨ ਬੰਦ ਕਰ, ਮੈਂ ਤੁਹਾਨੂੰ ਛੱਡ ਕੇ ਆਉਂਦੀ ਹਾਂ। ਅੱਜ ਵਾਕ ਕਰਕੇ ਸ਼ਾਇਦ ਜਾਵਾਂ, ਇਹ ਇਹਨਾਂ ਨੂੰ ਬੱਚੇ ਸਕੂਲ ਗਏ ਨੇ ਅਤੇ ਚੰਗੀ ਧੁੱਪ ਨਿਕਲੀ ਅੱਜ ਤਾਂ ਮਜ਼ੇ ਵਾਲੀ, ਅਤੇ ਮੈਂ ਇਹਨਾਂ ਦੇ ਨਾਲ ਥੋੜ੍ਹੀ ਚੱਲੀ ਹਾਂ। ਮੈਂ ਹੈ ਥੋੜ੍ਹਾ ਸੌਦਾ ਸੁਧਾ ਵੀ ਲੈ ਲਵਾਂਗੀ ਅਤੇ ਨਾਲੇ ਥੋੜ੍ਹੀ ਸੈਰ ਹੋਈਗੀ। ਹੁਣ ਬੱਚੇ ਸਕੂਲ ਜਾਣ ਕਰਨਗੇ ਅਤੇ ਅਸੀਂ ਫਿਰਾਂ ਕਰਾਂਗੇ ਦੋਵੇਂ ਮੀਆਂ ਬੀਬੀ। ਹੈ ਸ਼ੇਜ਼ੀ ਫਿਰਾਂ ਕਰਨਾ, ਬੰਦ ਕਰਾਂ। ਓਕੇ, ਬੜੀ ਜ਼ਬਰਦਸਤ ਧੁੱਪ ਮੇਰੀ ਸਾਈਡ 'ਤੇ ਪੈਣਾ ਤੁਸੀਂ। ਅੱਛਾ ਜੀ, ਹੁਣ ਤਾਂ ਲੱਗਦਾ ਚੰਗੀ ਗਰਮੀ ਹੋਏਗੀ, ਚੰਗਾ ਨੀਆ ਦਾ ਮੁਰੱਬਾ ਬਣਾਉਣ। ਹਰਮਾਨੀਆ ਦੇ ਲਿਆਈ ਸਾਂ ਕੋਈ ਅੱਧਾ ਕਿਲੋ ਤੋਂ ਥੋੜ੍ਹੀਆਂ ਜਿਹੀਆਂ ਘੱਟ ਨੇ ਅਤੇ ਉਹ ਮੈਨੂੰ ਥੋੜ੍ਹੀਆਂ ਖੱਟੀਆਂ ਖੱਟੀਆਂ ਲੱਗੀਆਂ ਅਤੇ ਮੈਂ ਹੈ ਬਜਾਏ ਇਹ ਕਿ ਮੈਂ ਜ਼ਾਇਆ ਕਰਾਂ ਅਤੇ ਇਹਦਾ ਬਣਾਉਂਦੀ ਹਾਂ ਮੁਰੱਬਾ। ਅਤੇ ਮੈਂ ਰਮੇਸ਼ਾ ਨੂੰ ਜਾਇਜ਼ ਦੱਸਣ ਲੱਗੀ ਹਾਂ। ਚਲੋ ਰਮੇਸ਼ਾ, ਹੈਂਡਸ ਵਾਸ਼ ਕੀ ਹੈ ਨਾ, ਚੱਲ ਇਸਮੇਂ ਟਾਲੋ। ਰਮੇਸ਼ਾ ਨੂੰ ਮੈਂ ਅੱਜ ਮੁਰੱਬਾ ਬਣਾਉਣਾ ਦੱਸ ਲੈਂਗੀ, ਸਾਰੀ ਇਸਮੇਂ ਟਾਲ ਦਿਉ। ਓਕੇ, ਬਿਸਮਿਲ੍ਲਾ ਪੜ੍ਹ ਕੇ ਡਾਲਤੇ ਹੈ। ਰਮੇਸ਼ਾ ਇਜ਼ ਗੁੱਡ। ਰਮੇਸ਼ਾ ਨੂੰ ਮੈਂ ਹੁਣ ਨਾ ਕੁਕਿੰਗ ਥੋੜ੍ਹੀ ਲਰਨ ਕਰਾਉਣ ਲੱਗੀ ਹਾਂ।
ਕੱਲ੍ਹ ਮੈਸਾਂ ਨੇ ਮੇਰੇ ਨਾਲ ਗੋਭੀ ਵੀ ਬਣਵਾਈ ਸੀ ਚਿਕਨ। ਅੱਛਾ ਅਬ ਇਸਮੇ 1 ਕੱਪ ਪਾਣੀ ਡਾਲਣਾ ਔਰ 1 ਕੱਪ ਸ਼ੂਗਰ ਡਾਲਨੀ ਓਕੇ ਔਰ ਇਸਕੋ ਕੁੱਕ ਕਰਨੇ ਕੇ ਲੀਏ ਰੱਖਣਾ 1 ਕੱਪ ਪਾਣੀ ਡਾਲੋ ਇਸਮੇ ਚਲੋ ਡਾਲੋ ਬਿਸਮਿਲ੍ਲਾ ਰਹਿਮਾਨ ਰਹੀਮ ਐਂਡ 1 ਕੱਪ ਸ਼ੂਗਰ ਇਸਮੇ ਅਬ ਡਾਲੋ ਚਲੋ ਜੀ ਡਾਲੋ ਫੁੱਲ ਕੱਪ ਭਰ ਕੇ ਨਹੀਂ ਮੈਂ ਪਾਇਆ ਮੁੰਨਾ ਪਾਇਆ ਮੁੰਨਾ ਪੌਣਾ ਕੱਪ ਬਿਸਮਿਲ੍ਲਾ ਅਬ ਇਸਕੇ ਨੀਚੇ ਚੁੱਲ੍ਹਾ ਆਉਣਾ ਇਹ ਲਈ ਸਿੱਖਣ ਡਈ ਨਾ ਤਾਂ ਇਸ ਤਰ੍ਹਾਂ ਲੱਗੀ ਜਦੋਂ ਸਿੱਖ ਲਈ ਨਾ ਉਦੋਂ ਫਟਾਫਟ ਇੰਝ ਲੁੱਦੇਗੀ ਮੇਰੇ ਤਰ੍ਹਾਂ ਚਲੋ ਚਮਚ ਕੇ ਸਾਥ ਕੱਪ ਕਲੀਨ ਕਰੋ ਕਲੀਨ ਯੋਰ ਕੱਪ ਨੀਚੇ ਨਹੀਂ ਗਿਰਾ ਥੋੜ੍ਹਾ ਨੀਚੇ ਕਰਕੇ ਕਰਤੇ ਨਾ ਫਿਰ ਇਸੇ ਬਾਹਰ ਨਹੀਂ ਗਿਰਤਾ ਅੱਛਾ ਵੈਰੀ ਗੁੱਡ ਜੋਬ ਅੱਛਾ ਅਬ ਇਸਕੋ ਬੰਦ ਕਰਕੇ ਰੱਖਣਾ ਹੈ ਮੈਂ ਲਿਆਈ ਸਾਂ ਵੱਡਾ ਪੈਕਟ ਅਤੇ ਉਹ ਫਿਰ ਮੈਂ ਨਾ ਹੁਣ ਮੈਂ ਕੱਢੀ ਇਹਦੇ ਵਿੱਚ ਡੱਬੇ 'ਚ ਚੀਨੀ ਅਤੇ ਰਮੇਸਾ ਇਹ ਵਾਲੇ ਜਿਹੜੇ ਬਦਾਮ ਅੰਦਰੋਂ ਨਿਕਲੇ ਨੇ ਇਹੀ ਅਸੀਂ ਤੋੜ ਕੇ ਇਹਦੇ ਅੰਦਰ ਸਟਾਂਗੇ ਤਾਂ ਕਿ ਹੋਰ ਮਜ਼ੇ ਦੇ ਬਣਨ ਬਦਾਮ ਵਾਲੇ ਰਮੇਸਾ ਨੇ ਤਾਂ ਜਾਇਜ਼ ਸਿੱਖ ਲਈ ਹੈ ਅਤੇ ਉਹ ਚਲੀ ਗਈ ਅੰਦਰ ਮੈਂ ਹੁਣ ਲੱਗੀ ਹਾਂ ਇਹ ਹੁਣ ਪੱਕਣ ਲੱਗ ਪਿਆ ਅਤੇ ਇਹਨੂੰ ਹੁਣ ਨਾ ਮੀਡੀਅਮ ਅੱਗ 'ਤੇ ਰੱਖ ਦਿੱਤਾ ਮੈਂ ਤਾਂ ਕਿ ਪਾਣੀ ਵੀ ਸੁੱਕ ਜੇ ਅਤੇ ਗਲ ਵੀ ਜਾਣ ਉਹਨੂੰ ਗਲਣਾ ਹੈ ਅਤੇ ਫਿਰ ਜਿਹੜਾ ਥਿੱਕ ਹੋ ਜਾਏਗਾ ਨਾ ਜਦੋਂ ਤਾਰ ਬਣਨ ਲੱਗ ਪਏਗੀ ਅਤੇ ਫਿਰ ਮੇਰਾ ਸਮਝੋ ਮੁਰੱਬਾ ਬਣ ਗਿਆ ਬਦਾਮ ਵੀ ਵਿੱਚ ਸੜ ਛੱਡੇ ਨੇ ਮੈਂ ਅਤੇ ਇੱਧਰ ਮੈਂ ਲੱਗੀ ਹਾਂ ਫਿਸ਼ ਬਣਾਉਣ ਫਿਸ਼ ਨੂੰ ਫਿਸ਼ ਮਸਾਲਾ ਅਤੇ ਲੀਮੂ ਪਾ ਕੇ ਅਤੇ ਫਿਸ਼ ਮਸਾਲਾ ਲਾ ਕੇ ਰੱਖਿਆ ਸੀ ਅਤੇ ਸਮਝਦੀ ਹਾਂ ਡੀ ਸਾਲਨ ਬਣਾਉਣ ਤਾਂ ਦਿਲ ਕਰਨ ਡਿਆ ਪਰ ਸਾਲਨ ਬਣਾਉਣ ਟਾਈਮ ਨਹੀਂ ਹੈ ਅਤੇ ਮੈਂ ਕਿਹਾ ਚਲੋ ਖਾਲੀ ਖਾਲੀ ਫਿਸ਼ ਬਣਾ ਲੈਂਦੇ ਹਾਂ ਥੋੜ੍ਹਾ ਜਿਹਾ ਓਇਲ ਪਾਵਾਂਗੇ ਜਿਸ ਤਰ੍ਹਾਂ ਹਾਂਡੀ 'ਚ ਪਾਈਦਾ ਨਾ ਥੋੜ੍ਹਾ ਜਿਹਾ ਇਸ ਤਰ੍ਹਾਂ ਹੀ ਪਾਵਾਂਗੇ ਜ਼ਿਆਦਾ ਨਹੀਂ ਮੈਂ ਪਾਉਣਾ ਅਤੇ ਉਹਦੇ ਵਿੱਚ ਹੀ ਨਾ ਇਹਨੂੰ ਫਿਰ ਮੈਂ ਦਮ 'ਤੇ ਲਾ ਦਾਂਗੀ ਹਲਕੀ ਅੱਗ 'ਤੇ ਅਤੇ ਫਿਸ਼ ਬਣ ਜਾਏਗੀ ਫਰਾਈ ਨਹੀਂ ਕਰਨੀ ਮੈਂ ਜ਼ਰਾ ਹੈਲਥੀ ਕਰਕੇ ਬਣਾਉਣੀ ਹੈ ਕਿਉਂਕਿ ਅਸੀਂ ਸਾਲਨ ਤਰ੍ਹਾਂ ਜਿਸ ਤਰ੍ਹਾਂ ਨਾ ਓਇਲ ਵੀ ਜਿਹੜਾ ਨਾ ਮੈਂ ਓਲੀਵ ਓਇਲ ਪਾਇਆ ਹਾਂਡੀ 'ਚ ਜਿਹੜਾ ਪਾਈਦਾ ਉਹ ਵਾਲਾ ਅਤੇ ਬਸ ਇਸ ਤਰ੍ਹਾਂ ਹੀ ਹੁਣ ਗਰਮ ਹੋ ਗਿਆ ਬਿਸਮਿਲ੍ਲਾ ਇਸ ਤਰ੍ਹਾਂ ਹੀ ਹੁਣ ਇਹਦੇ 'ਚ ਮੈਂ ਸੱਟੀ ਜਾਵਾਂਗੀ ਅਤੇ ਅੱਗ ਹਾਲੇ ਮੈਂ ਫਿਲਹਾਲ ਹਲਕੀ ਕਰਨ ਲੱਗੀ ਹਾਂ ਤਾਂ ਕਿ ਸੜ ਨਾ ਜਾਏ ਕਿਧਰੇ ਕਿਉਂਕਿ ਇਹਦੇ 'ਚ ਲੀਮੂ ਇਹਨਾਂ ਦਾ ਪਾਣੀ ਵੀ ਹੈ ਛਿੱਟਾਂ ਵੀ ਉੱਡਣੀਆਂ ਨੇ ਇਹਦੀਆਂ ਇਹਦੀ ਸੱਟਾਂ ਪਰਾਂ ਮੈਂ ਸਟੀਮ 'ਚ ਕਰਨੀ ਆ ਹਾਂਜੀ ਹੁਣ ਇਹ ਜ਼ਰਾ ਖਿਲਾਰ ਕੇ ਨਾ ਮੈਂ ਇੱਥੇ ਦੇਵਾਂਗੀ ਢੱਕਣ ਤਾਂ ਕਿ ਅੰਦਰੋਂ ਤੱਕ ਗਲ ਜਾਵੇ ਮੈਨੂੰ ਬੜੀ ਮੁਸ਼ਕਲ ਫਿਸ਼ ਲੱਭੀ ਹੈ ਬੜੇ ਅਰਸੇ ਬਾਅਦ ਪਤਾ ਨਹੀਂ ਜਾਣੀ ਹਾਂ ਤਾਂ ਹੁੰਦੀ ਕੋਈ ਨਹੀਂ ਸੀ ਹੈਗੀ ਪੈਕਟਾਂ ਵਾਲੀ ਨਹੀਂ ਜਿਹੜੀ ਹੁੰਦੀ ਲੱਭ ਦਿਨ ਸੀ ਪਈ ਤਾਂ ਮੇਰੀ ਵੇਰ ਦੇ ਨਾਲ ਬੜੀ ਤਬੀਅਤ ਸੈੱਟ ਹੋ ਜਾਂਦੀ ਹੈ ਇੰਨਾ ਜਿਸਮ ਦਰਦ ਕਰਦਾ ਹੱਡੀਆਂ ਦਰਦ ਕਰਦੀਆਂ ਅਤੇ ਫਿਸ਼ ਖਾਣੀ ਆ ਤਾਂ ਬੜਾ ਫਰਕ ਪੈਂਦਾ ਅਤੇ ਇਹ ਵਾਲੀ ਫਿਸ਼ ਮੈਨੂੰ ਨਾ ਸਭ ਤੋਂ ਜ਼ਿਆਦਾ ਪਸੰਦ ਹੈ ਅਤੇ ਮਜ਼ੇ ਦੀ ਵੀ ਬੜੀ ਬਣਦੀ ਹੈ ਸੈਲਮਨ ਫਿਸ਼ ਇਹਦਾ ਹੀ ਮੈਂ ਸਾਲਨ ਵੀ ਬਣਾਉਂਦੀ ਹਾਂ ਅਤੇ ਲੱਭਦੀ ਨਹੀਂ ਸੀ ਵੀ ਬੜੇ ਅਰਸੇ ਬਾਅਦ ਲੱਭੀ ਅਤੇ ਮੈਂ ਅਸੀਂ 2 ਪੈਕਟ ਲੈ ਲਵਾਂਗੀ ਪਰ ਉੱਥੇ ਹੈ ਹੀ 1 ਪੈਕਟ ਹੀ ਪਿਆ ਸੀ ਉਹ ਵੀ ਮੇਰੀ ਕਿਸਮਤ ਦਾ ਪਿਆ ਸੀ ਅਤੇ ਮੈਂ ਫੜ ਲਿਆ ਮੈਂ 2 ਹੁੰਦੇ ਅਤੇ ਮੈਂ 2 ਹੀ ਲੈ ਆਉਣੀ ਸਨ ਬਸ ਹੁਣ ਇਹਨੇ ਮੈਂ ਅਗਰ ਆਉਣਾ ਹਾਂਜੀ ਉੱਥੇ ਢੱਕਣ ਦੇ ਕੇ ਰੱਖ ਦੇਵਾਂ ਤਾਂ ਕਿ ਅੰਦਰੋਂ ਤੱਕ ਗਲੇ ਚੁੱਲ੍ਹਾ ਵੀ ਮੈਂ ਹਲਕਾ ਕਰ ਦਿੱਤਾ ਅਤੇ ਬਾਅਦ 'ਚੋਂ ਪਾਣੀ ਸੁੱਕ ਜਾਏਗਾ ਜ਼ਰੂਰੀ ਨਹੀਂ ਹੈ ਪਹਿਲਾਂ ਹੀ ਸੁਕਾ ਲਵੋ ਪਾਣੀ
ਪਾਣੀ ਤਾਂ ਛੱਡੇਗੀ ਨਾ, ਜ਼ਰਾ ਗਲ ਜਾਏ ਨਾ, ਤਾਂ ਫਿਰ ਥੋੜ੍ਹਾ ਐਂਡ 'ਤੇ ਚੁੱਲ੍ਹਾ ਹਲਕਾ ਕਰਕੇ ਨਾ, ਪਹਿਲੇ ਇੱਕ ਸਾਈਡ ਇੱਕ ਵਾਰੀ ਚੇਂਜ ਕਰਾਂਗੇ ਦੋਨਾਂ ਸਾਈਡਾਂ ਤੋਂ ਪਕਾਉਣੀ ਹੈ, ਅਤੇ ਫਿਰ ਐਂਡ 'ਤੇ ਜਿਹੜਾ ਪਾਣੀ ਰਹਿ ਜਾਏਗਾ ਅਤੇ ਉਹ ਫਿਰ ਚੁੱਲ੍ਹਾ ਥੋੜ੍ਹਾ ਤੇਜ਼ ਕਰਕੇ ਇੱਕੋ ਦਮ ਸੁਕਾ ਲਾਂਗੇ। ਉੱਪਰ ਜਿਹੜੀ ਝਿੱਗ ਜੀ ਆਉਣ ਲਈ ਹੈ ਨਾ, ਇਹ ਮੈਂ ਲਾਉਣ ਲੱਗੀ ਹਾਂ ਚੀਨੀ ਦੀ ਜਿਹੜੀ ਝਿੱਗ ਹੁੰਦੀ ਹੈ, ਲਾ ਛੱਡੋ ਤਾਂ ਬਿਹਤਰ ਹੀ ਹੈ। ਕੈਮੀਕਲ ਵਗੈਰਾ ਹੀ ਹੁੰਦੇ ਹੋਣਗੇ। ਇਹ ਬੜਾ ਮਜ਼ੇ ਦਾ ਮੁਰੱਬਾ ਬਣਿਆ, ਮੈਂ ਪਹਿਲੇ ਖਰਮਾਨੀ ਹਾਂ, ਮੈਂ ਚੱਖੀਆਂ ਨਾ ਐਵੇਂ ਐਡੀਆਂ ਮਹਿੰਗੀਆਂ ਲੈ ਆਈ ਅਤੇ ਮੈਂ ਬੜੀ ਮਾਯੂਸ ਹੋਈ, ਮੈਂ ਕਿਹਾ ਇਹ ਕੀ ਹੋ ਗਿਆ, ਖੱਟੀਆਂ ਖੱਟੀਆਂ, ਅਤੇ ਇੱਕਦਮ ਅੱਲਾ ਵੱਲੋਂ ਜਿਸ ਤਰ੍ਹਾਂ ਨਾ ਇੱਕ ਦਿਮਾਗ 'ਚ ਖਿਆਲ ਆਇਆ ਕਿ ਜ਼ਰੂਰੀ ਸੱਟਣੀ ਹੈ ਅਤੇ ਮੁਰੱਬਾ ਬਣਾ ਲੈਂਦੀ ਹਾਂ, ਬਾਅਦ 'ਚ ਖਾ ਲਾਂਗੇ ਆਰਾਮ ਆਰਾਮ ਨਾਲ ਮਜ਼ੇ ਲੈ ਕੇ। ਗਲ ਗਈਆਂ ਨੇ, ਹੁਣ ਚੁੱਲ੍ਹਾ ਤੇਜ਼ ਹੀ ਰੱਖਾਂ ਤਾਂ ਕਿ ਜਿਹੜਾ ਨਾ ਪਾਣੀ ਸੁੱਕੇ, ਬਹੁਤੀਆਂ ਹਲਵਾਈ ਨਾ ਬਣ ਜਾਣ, ਹਲਵਾਈ ਬਣਨ ਡੀਆਂ ਸਮਝੋ। ਗਲ ਗਈਆਂ ਨੇ, ਹੁਣ ਮੈਂ ਤੇਜ਼ ਚੁੱਲ੍ਹੇ 'ਤੇ ਨਾ ਪਾਣੀ ਡਰਾਈ ਕਰ ਲਾਂ, ਬਸ ਬਣ ਗਿਆ ਮੇਰਾ ਮੁਰੱਬਾ। ਇੰਨਾ ਵੀ ਰੱਖ ਸਕਦੇ ਹਾਂ ਸ਼ੀਰਾ, ਪਰ ਜ਼ਰੂਰੀ ਇੰਨੀ ਚੀਨੀ ਖਾਣੀ, ਜ਼ਰਾ ਥਿੱਕ ਕਰ ਲੈਂਦੇ ਹਾਂ। ਇੱਕ ਸਾਈਡ ਤੋਂ ਮਾਸ਼ਾਲਾ ਹੋ ਗਈ ਇਹ ਫਿਸ਼ ਮੇਰੀ, ਅਤੇ ਇੱਕ ਸਾਈਡ ਹੁਣ ਜ਼ਰਾ ਸਾਈਡਾਂ ਚੇਂਜ ਕਰਾਂ ਤਾਂ ਕਿ ਦੋਨਾਂ ਸਾਈਡਾਂ ਤੋਂ ਹੋਈਏ, ਕਿਉਂਕਿ ਇਹਨੂੰ ਤਾਂ ਬਸ ਸੇਕ ਹੀ ਲਵਾਉਣਾ ਹੁੰਦਾ, ਇਹਨੂੰ ਜ਼ਿਆਦਾ ਪਕਾਉਣ ਦੀ ਜ਼ਰੂਰਤ ਕੋਈ ਨਹੀਂ ਹੈ, ਅੰਦਰੋਂ ਤੱਕ ਗਲ ਜਾਂਦੀ ਹੈ। ਹੁਣ ਮੈਂ ਚੁੱਲ੍ਹਾ ਥੋੜ੍ਹਾ ਤੇਜ਼ ਕੀਤਾ ਹੈ, ਕਿਉਂਕਿ ਨਾਲ ਜਿੱਥੋਂ ਸੜੇਗੀ ਤਾਂ ਉੱਥੇ ਮੈਂ ਚਮਚਾ ਮਾਰ ਲਾਂਗੀ ਤਾਂ ਕਿ ਨਾਲ ਨਾਲ ਪਾਣੀ ਵੀ ਸੁੱਕਦਾ ਜੇ। ਸਾਈਡਾਂ ਹੋ ਗਈਆਂ ਚੇਂਜ, ਪਾਣੀ ਵੀ ਉਸੇ ਦੌਰਾਨ ਸੁੱਕ ਵੀ ਗਿਆ। ਹੁਣ ਮੈਂ ਦੁਬਾਰਾ ਸਟੀਮ 'ਤੇ ਹਲਕੀ ਆਗ ਕਰਕੇ ਰੱਖਾਂ, ਸਟੀਮ 'ਚ ਅੰਦਰੋਂ ਤੱਕ ਗਲੇ ਹਲੀ ਕੱਚੀ ਹੈ। ਮਾਸ਼ਾਲਾ ਜੀ, ਮੁਰੱਬਾ ਤਾਂ ਹੋ ਗਿਆ ਰੈਡੀ, ਹੁਣ ਬਹੁਤਾ ਵੀ ਨਾ ਪਾਣੀ ਸੁਕਾ ਦੇਵਾਂ, ਇੰਨਾ ਠੀਕ ਹੈ, ਚਾਸ਼ ਥੋੜ੍ਹੀ ਜਿਹੀ ਮਜ਼ੇ ਦੀ ਲੱਗੇਗੀ। ਖੁਰਮਾਨੀਆਂ ਦਾ ਮੁਰੱਬਾ ਬਣਾਉਣਾ ਤਾਂ ਮਾਸ਼ਾਲਾ ਬੜਾ ਹੀ ਆਸਾਨ ਹੈ, ਈਜ਼ੀ ਅਤੇ ਸਸਤਾ, ਕਿਉਂਕਿ ਬਦਾਮ ਵੀ ਇਹਦੇ ਵਿੱਚੋਂ ਹੀ ਨਿਕਲ ਆਏ ਨੇ ਮਾਸ਼ਾਲਾ, ਅਤੇ ਸਿਰਫ ਚੀਨੀ ਪਾਈ ਹੈ ਅਤੇ ਪਾਣੀ, ਬਦਾਮ ਵੀ ਫਰੀ 'ਚ ਮਿਲ ਗਏ ਅਤੇ ਖੁਰਮਾਨੀਆਂ ਦੇ ਅੰਦਰੋਂ ਮਿਲ ਗਏ। ਚਲੋ ਜੀ, ਮੇਰਾ ਮੁਰੱਬਾ ਹੋ ਗਿਆ ਤਿਆਰ, ਹੁਣ ਥੋੜ੍ਹੀ ਦੇਰ ਠੰਡਾ ਕਰਾਂ ਅਤੇ ਫਿਰ ਬੱਚਿਆਂ ਨੂੰ ਦਿੰਦੀ ਹਾਂ, ਅਤੇ ਇੱਧਰ ਮੇਰੀ ਫਿਸ਼ ਵੀ ਤਿਆਰ ਹੋ ਚੱਲੀ ਹੈ, ਜ਼ਰਾ ਸਹੀ ਤਰ੍ਹਾਂ ਅੰਦਰ ਤੱਕ ਕੁੱਕ ਕਰਨੀ ਹੈ, ਅਤੇ ਇਸ ਤੋਂ ਮੈਂ ਜ਼ਰਾ ਸਟੀਮ 'ਚ ਰੱਖੀ ਹਲਕੀ ਆਗ ਕੀਤੀ ਹੈ ਮੈਂ। ਅਤੇ ਬੈਡ ਨਿਊਜ਼ ਮੇਰੀ, ਮੇਰਾ ਡਿਸ਼ਵਾਸ਼ਰ ਫਿਰ ਦੂਸਰਾ ਆਇਆ ਤਾਂ ਉਹ ਵੀ ਚਲਾ ਗਿਆ, ਪਤਾ ਨਹੀਂ ਕੀ ਮੁਕੱਦਰਾਂ 'ਚ ਕਿਸਮਤ 'ਚ ਲਿਖਿਆ, ਦੂਸਰਾ ਆਇਆ 500 ਪੌਂਡ ਦਾ ਲਿਆ ਅਤੇ 25 ਪੌਂਡ ਡਿਲੀਵਰੀ ਚਾਰਜ ਦਿੱਤਾ, ਅਤੇ ਐਡਾ ਮਹਿੰਗਾ, ਅਤੇ ਉਹ ਵੀ ਖਰਾਬ ਨਿਕਲਿਆ। 3-4 ਦਿਨ ਚੱਲਿਆ ਬਸ, ਜਿਸ ਦਿਨ ਆਇਆ ਉਸ ਦਿਨ ਹੀ ਨਹੀਂ ਸੀ ਚੱਲਦਾ ਪਿਆ, ਅਤੇ ਮੈਂ ਇਹਨਾਂ ਨੂੰ ਆਖਿਆ, ਮੈਂ ਇਹ ਚੱਲਦਾ ਨਹੀਂ ਪਿਆ, ਅਤੇ ਫਿਰ ਆਪੇ ਹੀ ਚੱਲ ਗਿਆ ਥੋੜ੍ਹੀ ਦੇਰ ਬਾਅਦ। ਫਿਰ ਅਸੀਂ ਕਿਹਾ ਸ਼ਾਇਦ ਸਾਨੂੰ ਚਲਾਉਣਾ ਨਹੀਂ ਆਉਂਦਾ ਸੀ ਤਾਂ ਹੋਇਆ ਇਸ ਤਰ੍ਹਾਂ। ਉਹ ਜਦੋਂ 2-4 ਦਿਨ ਭਾਂਡੇ ਧੋਤੇ ਅਤੇ ਰੂਟੀਨ ਬਣਨੀ ਸ਼ੁਰੂ ਹੋਈ ਗਈ, ਕਿਸ ਤਰ੍ਹਾਂ ਕਿਸ ਟਾਈਮ ਕਿਸ ਤਰ੍ਹਾਂ ਧੋਣੇ ਕਰਨੇ, ਅਤੇ ਉਹ ਜੀ ਰਾਤ ਨੂੰ ਮੈਂ ਬੜੇ ਭਾਂਡੇ ਇਕੱਠੇ ਕੀਤੇ, ਅਤੇ ਮੈਂ ਕਿਹਾ ਮੈਂ ਰਾਤ ਨੂੰ ਲਾ ਦਾਂਗੀ ਅਤੇ ਸੁਬਹਾ ਕੱਢ ਲਾਂਗੀ, ਅਤੇ ਉਹ ਖੈਰ ਨਾਲ ਮੈਂ ਭਾਂਡੇ ਛਾਂਡੇ ਰੱਖ ਕੇ ਬੜੇ ਆਰਾਮ ਦੇ ਨਾਲ ਨਾ ਮੈਂ ਕਿਹਾ ਹੁਣ ਸੋਵਾਂਗੀ, ਜਾ ਕੇ ਆਪ ਹੀ ਧੁੱਲ ਜਾਣਗੇ, ਅਤੇ ਉਹ ਮਸ਼ੀਨ ਸਾਹਿਬ ਚੱਲੇ ਹੀ ਨਾ, ਉਹ ਆਖੇ ਮੈਂ ਚੱਲਣਾ ਹੀ ਨਹੀਂ, ਖੱਪ ਗਏ ਜਿੰਨੇ ਭਾਂਡੇ ਸੀ ਹੱਥ ਨਾਲ ਧੋ ਲੈਂਦੀ ਨਾ, ਤਾਂ ਉਹਨਾਂ ਨਹੀਂ ਸੀ ਮੈਂ ਥੱਕਣਾ ਜਿੰਨਾ ਸੀ, ਖਲੋ ਖਲੋ ਕੇ ਮਸ਼ੀਨ ਚਲਾ ਚਲਾ ਕੇ ਥੱਕ ਗਏ। ਤੋਬਾ, ਲੱਤਾਂ ਦਰਾ ਧੋਣ ਲੱਗ ਪਈਆਂ, ਇਹ ਵਿਚਾਰੇ ਕੰਮ ਤੋਂ ਆਏ, ਇਹ ਵੀ ਆ ਕੇ ਅਤੇ ਇੱਥੇ ਪੈਰਾਂ ਭਾਰ ਬਹਿ ਕੇ ਅਤੇ ਲੱਗੇ ਰਹੇ ਮਸ਼ੀਨ ਦਾ
ਮੁਸੀਬਤ ਕਰਨ, ਪਰ ਕੋਈ ਵੀ ਨਾ ਮਸ਼ੀਨ ਆਖੇ ਮੈਂ ਹੋਣੀ ਨਹੀਂ, ਚੱਲਣਾ ਹੀ ਨਹੀਂ। ਅੱਧੀ ਰਾਤ ਹੀ ਕਰ, ਥੋੜ੍ਹੀ ਥੋੜ੍ਹੀ ਦੇਰ ਬਾਅਦ ਚਲਾਈਏ, ਥੋੜ੍ਹੀ ਥੋੜ੍ਹੀ ਦੇਰ ਬਾਅਦ ਕਿ ਹੁਣ ਚੱਲ ਜਾਓ। ਮੈਂ ਕਿਹਾ ਚੱਲ ਇੱਕ ਵਾਰੀ ਚੱਲ ਜਾ ਭਾਂਡੇ ਧੋ ਲੈ, ਮੇਰਾ ਦਿਲ ਨਹੀਂ ਸੀ ਕਰਨ ਡਿਆ ਕਿ ਕੱਢ ਕੇ ਦੁਬਾਰਾ ਉਹਨਾਂ ਨੂੰ ਧੋਵਾਂ, ਤਾਂ ਉਹ ਠੀਕ ਠਾਕ ਹੈ, ਮੈਂ ਚੱਲਣਾ ਹੀ ਨਹੀਂ। ਉਹ ਨਹੀਂ ਚੱਲੀ, ਬੜੀ ਠੀਠ। ਸੁਬਹਾ ਫਿਰ ਮੈਂ ਚਲਾਈ, ਮੈਂ ਕਿਹਾ ਚੱਲ ਜਾ ਚੱਲ, ਨਹੀਂ ਚੱਲੀ। ਉਹ ਮੈਂ ਦਫਾ ਗਈ, ਮੈਂ ਫਿਰ ਅਸੀਂ ਦੋਵੇਂ ਗਏ, ਪਹਿਲੇ ਫੋਨ ਕੀਤੇ, 2 ਘੰਟੇ ਫੋਨਾਂ 'ਤੇ ਜ਼ਾਇਆ ਹੋਏ, ਫਿਰ ਅਸੀਂ ਤੋੜ ਉੱਥੇ ਚਲੇ ਗਏ, ਫੋਨ 'ਤੇ ਕੋਈ ਸਹੀ ਤਰ੍ਹਾਂ ਜਵਾਬ ਹੀ ਨਾ ਦੇਣ। ਫਿਰ ਉੱਥੇ ਗਏ ਅਤੇ ਉਹ ਵੀ ਆਖਣ ਲੱਗੀ ਤੁਸੀਂ ਫੋਨ ਕਰੋ ਅਤੇ ਉਹ ਪਹਿਲੇ ਚੈੱਕ ਕਰਨਗੇ ਅਤੇ ਇਹ ਤਾਂ ਉਹ, ਅਤੇ ਮੈਂ ਕਿਹਾ ਸਾਡੇ ਘਰ 'ਤੇ ਇੰਨੀ ਸਪੇਸ ਨਹੀਂ ਹੈ ਕਿ 2 ਮਸ਼ੀਨਾਂ ਅਸੀਂ ਰੱਖੀਏ, ਕਿੱਥੇ ਰੱਖੀਏ, ਅਤੇ ਤੁਸੀਂ ਪਲੀਜ਼ ਕੁਛ ਕਰੋ। ਅਤੇ 18 ਦਿਨ ਦਾ ਹੁੰਦਾ ਹੈ ਨਾ ਕਿ ਤੁਸੀਂ ਮਾਇੰਡ ਚੇਂਜ ਹੋਈਏ ਤਾਂ ਵਾਪਸ ਕਰ ਸਕਦੇ ਹੋ, ਤਾਂ ਮੈਂ 18 ਦਿਨ ਦਾ ਹੁੰਦਾ ਹੈ ਨਾ, ਅਤੇ ਹਾਲੇ ਤਾਂ ਅਸੀਂ 4-5 ਦਿਨ ਹੋਏ ਲਈ ਹੈ, 9 ਤਰੀਕ ਨੂੰ ਲਈ ਸੀ, ਅਤੇ ਤੁਸੀਂ ਕਰ ਲਓ ਵਾਪਸ। ਅਤੇ ਆਖਦੀ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ। ਮੈਂ ਕਿਹਾ ਇਹ ਕੀ ਜਾਂ ਆਖਦੀ ਨਹੀਂ ਇੰਜ ਨਹੀਂ, ਤੁਸੀਂ ਉਹਨਾਂ ਨੂੰ ਕਹੋ ਇੰਜੀਨੀਅਰ ਆਏਗਾ ਜੇ ਉਹ, ਅਤੇ ਮੈਂ ਸਾਡੇ ਘਰ 'ਤੇ ਜਗ੍ਹਾ ਹੀ ਨਹੀਂ ਆਇਆ, ਤਾਂ ਅਸੀਂ 2 ਮਸ਼ੀਨਾਂ ਕਿਸ ਤਰ੍ਹਾਂ ਰੱਖੀਏ, ਇੱਕ ਮੈਂ ਉਹ ਕੱਢਣੀ ਹੈ ਅਤੇ ਫਿਰ ਅੱਗੋਂ ਨਵੀਂ ਲੈ ਕੇ ਰੱਖਣੀ ਹੈ, ਮੈਨੂੰ ਤਾਂ ਫੌਰਨ ਚਾਹੀਦੀ ਅਗਲੀ ਮਸ਼ੀਨ। ਅਤੇ ਫਿਰ ਪਤਾ ਨਹੀਂ ਉਹ ਗੋਰੀ ਬੜੀ ਉਹਨੂੰ ਅੱਲਾ ਨੇ ਰਹਿਮ ਪਾਇਆ ਦਿਲ 'ਚ, ਕੀ ਖਿਆਲ ਆਇਆ ਸੀ ਮੇਰਾ ਮੂੰਹ ਵੇਖ ਤਰਸ ਆ ਗਿਆ ਹੋਣਾ। ਆਦੀ ਅੱਛਾ ਚਲੋ ਤੁਸੀਂ ਜੇ ਚੁੱਕ ਕੇ ਲਿਆ ਸਕਦੇ ਹੋ ਨਾ, ਅਤੇ ਫਿਰ ਇੱਥੇ ਲੈ ਆਵੋ, ਅਸੀਂ ਸਟੋਰ 'ਚ ਰਖਾ ਦਿੰਦੇ ਹਾਂ ਅਤੇ ਤੁਹਾਨੂੰ ਰੀਫੰਡ ਕਰ ਦਿੰਦੇ ਹਾਂ, ਅਤੇ ਜੇ ਤੁਸੀਂ ਆਖੋ ਨਾ ਕਿ ਅਸੀਂ ਡਿਲੀਵਰੀ ਕਰਵਾਈਏ ਤਾਂ ਫਿਰ ਕੰਮ ਲੰਬਾ ਹੋ ਜਾਣਾ। ਇਹ ਆਖਣ ਲੱਗੇ ਮੈਂ ਹੁਣੇ ਹੀ ਲੈ ਕੇ ਆਉਂਦਾ ਵਾਂ। ਮੈਂ ਤਾਂ ਇਹਨਾਂ ਦੋਵਾਂ ਨੇ ਆ ਕੇ ਮਸ਼ੀਨ ਖੋਲ੍ਹੀ, ਐਡੀ ਮੁਸ਼ਕਲ ਇੱਥੋਂ ਕੱਢੀ ਹੈ ਨਾ ਅਸਾਂ ਮਸ਼ੀਨ, ਐਂ ਵੇਖੋ ਇਹ ਵੀ ਲਾ ਛੜੇ, ਹੈਂਡਲ ਵੀ ਲਾਏ ਫਿਰ, ਅਤੇ ਬੜੀ ਮੁਸ਼ਕਲ, ਹੱਥਾਂ ਨੂੰ ਦਰਦ ਕੋਈ, ਅਤੇ ਫਿਰ ਪੌੜੀਆਂ ਵੀ ਇੰਨੀਆਂ, ਪੌੜੀਆਂ ਥੱਲੇ ਲਾ ਲਾ ਕੇ ਬੜੀ ਮੁਸ਼ਕਲ, ਕੋਈ ਬੰਦਾ ਵੀ ਨਾ ਲੱਭੇ ਅੱਗੇ, ਨੇਬਰ ਜਿਹੜਾ ਉਹ ਫਿਰ ਵੀ ਨਜ਼ਰ ਆ ਜਾਂਦਾ ਹੁੰਦਾ ਸਾਹਮਣਾ, ਅਤੇ ਉਸ ਦਿਨ ਉਹ ਵੀ ਨਾ, ਉਹ ਜਦੋਂ ਮਸ਼ੀਨ ਗੱਡੀ 'ਚ ਅਸਾਂ ਰੱਖ ਲਈ ਅਤੇ ਫਿਰ ਅੰਦਰੋਂ ਨਿਕਲਿਆ, ਮੈਂ ਕਿਹਾ ਲੈ ਹੁਣ ਕੀ ਫਾਇਦਾ ਤੇਰਾ ਨਿਕਲਣ ਦਾ। ਅਤੇ ਉਹ ਐਡੀ ਮੁਸ਼ਕਲ ਜਾ ਕੇ ਨਾ ਫਿਰ ਮੈਂ ਅਤੇ ਰਮੇਸ਼ ਅਲੀਨਾ ਥੋੜ੍ਹਾ ਫਿਰ ਹੈਲਪ ਕੀਤੀ, ਅਤੇ ਅਸੀਂ ਪੌੜੀਆਂ ਤਾਂ ਸਾਰੀਆਂ ਮੈਂ ਥੱਲੇ ਲਾਈਆਂ, ਅਲੀਨਾ ਫਿਰ ਥੱਲੇ ਜਾ ਕੇ ਨਾਲ ਗੱਡੀ 'ਚ ਰਖਾਇਆ, ਐਡੀ ਮੁਸ਼ਕਲ ਫਿਰ ਜਾ ਕੇ ਦੇ ਕੇ ਆਏ, ਸ਼ੁਕਰ ਕੀਤਾ ਜਾਨ ਛੁੱਟੀ। ਫਿਰ ਹੁਣ ਇੱਕ ਹੋਰ ਔਡਰ ਕੀਤੀ ਹੈ ਅਤੇ ਉਹ ਹੁਣ ਆਉਣੀ ਹੈ ਜੁਮੇਰਾਤ ਨੂੰ, ਇਨਸ਼ਾ ਅੱਲਾ, ਅੱਲਾ ਕਰੇ ਹੁਣ ਜ਼ਰਾ ਬਿਹਤਰ ਲਈ ਹੈ, ਹਾਇਰ ਵਾਲਿਆਂ ਦੀ ਲਈ ਹੈ, ਅਤੇ ਅੱਲਾ ਕਰੇ ਹੁਣ ਉਹ ਰਾਸ ਆਈ ਹੈ, ਪਤਾ ਨਹੀਂ ਕੀ ਹੋਇਆ, ਸਾਨੂੰ ਤਾਂ ਮਸ਼ੀਨਾਂ ਹੀ ਨਹੀਂ ਰਾਸ ਆਉਣ ਡਈਆਂ ਹੋਈਆਂ, 2 ਆਈਆਂ ਨੇ, ਦੋਵੇਂ ਚਲੀਆਂ ਗਈਆਂ। ਪਹਿਲੀ ਜਿਹੜੀ ਉਹ ਖਰਾਬ ਤਾਂ ਨਹੀਂ ਸੀ, ਉਹ ਬਸ ਇੰਸਟਾਲ ਹੋਣ ਵਾਲੀ ਸੀ, ਉਹ ਫਿਰ ਇਸ ਤੋਂ ਕੱਢੀ, ਦੂਸਰੀ ਲਈ ਹੈ ਅਤੇ ਉਹ ਖਰਾਬ ਹੀ ਨਿਕਲੀ ਹੈ। ਗੋਰੀ ਆਖਦੀ ਹੈ ਉਹਨੂੰ ਕਹੋ, ਬੀਵੀ ਆਪਣੀ ਨਾਲ ਲੈ ਆਉਂਦਾ, ਉਹਨੂੰ ਕਹਿੰਦਾ ਕਿ ਹੋਰ ਆ ਕੇ ਇੱਥੋਂ ਚੂਜ਼ ਕਰ ਲਿਆ, ਆਖਦੇ ਨੇ ਨਹੀਂ ਉਹ ਆਖਦੀ ਮੈਂ ਨਹੀਂ ਹੁਣ ਇੱਥੋਂ ਲੈਣੀ ਕਰੀ ਵਾਲਿਆਂ ਕੋਲੋਂ। ਫਿਰ ਮੈਂ ਔਨਲਾਈਨ ਔਡਰ ਕੀਤੀ ਹੈ ਵੈਬਸਾਈਟ ਤੋਂ, ਅਤੇ ਉਹਨਾਂ ਦੀਆਂ ਚੀਜ਼ਾਂ ਬਹੁਤ ਬਿਹਤਰ ਹੁੰਦੀਆਂ, ਵਾਸ਼ਿੰਗ ਮਸ਼ੀਨ, ਕੁੱਕਰ, ਫਿਰ ਹੈ ਫਰਿੱਜ, ਇਹ ਸਾਰਾ ਕੁਛ ਮੇਰਾ ਉੱਥੋਂ ਦਾ ਹੈ, ਅਤੇ ਉਹ ਬੜਾ ਜ਼ਬਰਦਸਤ ਉਹਨਾਂ ਦੀਆਂ ਚੀਜ਼ਾਂ ਹੁੰਦੀਆਂ ਨੇ। 5 ਸਾਲ ਹੋ ਗਏ ਮੇਰੀ ਮਾਸ਼ਾਅੱਲਾ ਫਰਿੱਜ ਨੂੰ, ਅਤੇ ਕੁੱਕਰ ਨੂੰ ਵੀ 7-8 ਸਾਲ ਹੋ ਗਏ, ਅਤੇ ਵਾਸ਼ਿੰਗ ਮਸ਼ੀਨ ਵੀ 6-7 ਸਾਲ ਹੋ ਗਏ ਨੇ ਮਾਸ਼ਾਅੱਲਾ, ਅਤੇ ਬੜੀ ਜ਼ਬਰਦਸਤ ਚੱਲਦੀ ਹੈ ਭਈ। ਇੱਥੋਂ ਮੈਂ ਅੱਜ ਸਫਾਈ ਕਿਚਨ ਸਾਫ਼ ਕੀਤਾ, ਕੱਲ੍ਹ ਫਿਰ ਪਾਣੀ ਹੋ ਗਿਆ ਕਿਚਨ, ਮਸ਼ੀਨ 'ਚੋਂ ਨਿਕਲਿਆ ਨਾ ਪਾਣੀ, ਉਹ ਫਿਰ ਸਾਰਾ ਕਿਚਨ ਕੱਲ੍ਹ ਦੀ, ਫਿਰ ਸੁਬਹਾ ਦੀ ਮੈਂ ਸਫਾਈਆਂ ਕਰਨ ਡਈ ਹਾਂ, ਵੀਡੀਓ ਵੀ ਨਹੀਂ ਬਣਾਉਣ ਹੋਣ ਡਈ, ਫਿਰ ਦਿਲ ਹੀ ਨਹੀਂ ਕਰਦਾ, ਥੱਕੀ ਹੁੰਦੀ ਹਾਂ, ਸਮਝ ਨਹੀਂ ਆਉਂਦੀ ਵੀਡੀਓ 'ਚ ਬਣਾਵਾਂ ਕੀ, ਮੈਂ ਕੀ ਗੰਦ ਵਹਾਵਾਂ। ਇਹਨਾਂ ਨੇ ਫਿਰ ਫੱਟੀਆਂ ਵੀ ਲਾਈਆਂ ਪਈ ਹੈ, ਫਲੋਰ ਬੋਰਡ ਦਾ ਮੈਂ ਬਾਹਰ ਵਾਲੀਆਂ ਰੱਖੀਆਂ ਸਨ, ਅਤੇ ਉਹ ਫੱਟੀਆਂ ਪਈਆਂ ਸਨ, ਇਹਨਾਂ ਨੇ ਫਿਰ ਲਾ ਕੇ ਉੱਤੇ ਗਲੋ ਕੀਤੀ ਹੈ, ਅੰਦਰ ਵੀ ਫੱਟੀ ਲਾਈ ਹੈ,
ਦੀਵਾਰ ਖਰਾਬ ਹੋਈ ਸੀ। ਇਹ ਮਾਸ਼ਾਅੱਲਾ ਬੜੇ ਕਾਰੀਗਰ ਪੱਕੇ ਪੱਕੇ ਕੰਮ ਕਰਦੇ ਤਾਂ ਹੁਣ ਬਸ ਮਸ਼ੀਨ ਆਉਣੀ, ਅੱਲਾ ਕਰੇ ਹੁਣ ਰਾਸ ਆ ਜਾਏ, ਹੁਣ ਨਾ ਕੋਈ ਵਾਪਸ ਕਰਨੀ ਪਵੇ ਅਤੇ ਫਿਰ ਸਾਡਾ ਚੱਲ ਜੇ ਗੁਜ਼ਾਰਾ। ਅਤੇ ਮੈਂ ਇਕੱਠੀਆਂ ਜਾ ਕੇ ਸਬਜ਼ੀਆਂ ਲੈ ਆਈ, ਬਤਾਊਂ ਵੀ ਅੱਗੇ ਕੱਟ ਕੇ ਰੱਖੇ ਨੇ ਫਰੀਜ਼ਰ 'ਚ, ਮੇਥੀਆਂ ਚਾਰ ਗੱਠੀਆਂ ਇਕੱਠੀਆਂ ਲੈ ਆਈ। ਅੱਗੇ ਮੈਂ ਕਦੀ ਮੇਥੀ ਪਕਾਈ ਨਹੀਂ ਅਤੇ ਇੱਕ ਦਫ਼ਾ ਮੈਂ ਪਕਾਈ ਹੈ ਇੰਨੇ ਸਾਲਾਂ ਬਾਅਦ, ਤਾਂ ਉਹ ਹੁਣ ਪਤਾ ਨਹੀਂ ਅੱਜ ਚਸਕਾ ਪੈ ਗਿਆ ਅਤੇ ਫਿਰ ਇੰਨੀ ਵੱਡੀ ਚੁੱਕ ਲਿਆ ਹਾਂ। ਅਤੇ ਭਾਂਡੇ ਨਾਲੋ ਨਾਲ ਮੈਂ ਧੋ ਕੇ ਰੱਖਣ ਡੀ ਹਾਂ, ਮੈਂ ਨਹੀਂ ਭਾਂਡੇ ਨਾ ਇਕੱਠੇ ਹੋਣ, ਤਾਂ ਹੁਣ ਮੁਰੱਬਾ ਬਣਾਇਆ ਨਾ ਅਤੇ ਫਿਰ ਹੋਏ ਨਾ ਹੁਣ। ਅਤੇ ਸੁਬਹਾ ਮੈਡਮ ਰਮੇਸਾ ਜਾਣਾ ਸੀ ਸਕੂਲ ਅਤੇ ਇਹਨੇ ਪੋਰਜ ਬਣਾਇਆ, ਆਪੇ ਜਾ ਕੇ ਤਿਆਰ ਹੋਣ ਲੱਗ ਪਈ, ਪੋਰਜ ਇੱਥੇ ਰੱਖ ਦਿੱਤਾ ਅਤੇ ਉਹ ਸੜ ਸੜ ਕੇ ਪੂਰੇ ਘਰ 'ਚ ਧੂੰਆਂ ਹੀ ਧੂੰਆਂ ਵਾ। ਅਤੇ ਫਿਰ ਦੁਬਾਰਾ ਬਣਾਇਆ ਸੀ ਉਹ, ਹੁਣ ਮੈਂ ਗਲਣਾ ਰੱਖਿਆ ਅਤੇ ਉਹ ਤਾਂ ਗਲਦਾ ਹੀ ਨਹੀਂ ਪਿਆ, ਮੈਂ ਕਿਹਾ ਇਹਨੂੰ ਖਰੋਚਣਾ ਪੈਣਾ ਅਤੇ ਮੇਰੇ ਕੋਲ ਹਲੀ ਹਿੰਮਤ ਨਹੀਂ, ਇੱਕ ਦਿਨ ਹੋਰ ਭੇਜਿਆ ਰਵੇ, ਕੱਲ੍ਹ ਖਰੋਚਾਂਗੇ ਅਤੇ ਮੈਂ ਹੁਣ ਬਾਕੀ ਭਾਂਡੇ ਤਾਂ ਧੋਵਾਂ ਹੁਣੇ। ਅਤੇ ਐਲੋ ਜੀ ਆ ਜਿਹੜੇ ਕਾਰਨਾਮੇ ਵੇਖੋ, ਚਮਚ ਵਿੱਚ ਹੀ ਡਿੱਗ ਗਈ, ਇਹਨੂੰ ਕੱਢ ਕੇ ਬਾਹਰ ਹੀ ਕੱਢਾਂ, ਇਹਨੂੰ ਵੱਡੀ ਚਮਚ ਨਹੀਂ ਪਾਵਾਂਗੇ। ਇਹਨਾਂ ਨੂੰ ਹੁਣ ਮੈਂ ਧੋ ਛੜਾਂ, ਮਕਾਵਾਂ ਕੰਮ। ਪੁਦਨਾ ਮੈਂ ਮਾਸ਼ਾਅੱਲਾ ਲਾਇਆ ਪਰ ਸ਼ਾਮ ਹੋ ਚੱਲੇ ਅਤੇ ਫਿਰ ਦੁਬਾਰਾ ਹੋਣ ਡਿਆ, ਨਾਲ ਮਿਰਚਾਂ ਵੀ ਥੋੜ੍ਹੀਆਂ ਥੋੜ੍ਹੀਆਂ ਨਿਕਲ ਜਾਂਦੀਆਂ ਹਨ। ਵਾਹਵਾ ਚਟਨੀ ਬਣਾਉਣੀ ਹੁੰਦੀ ਹੈ ਨਾ ਪੁਦਨੇ ਦੀ, ਉੰਨੀਆਂ ਮਿਰਚਾਂ ਵੀ ਨਾਲ ਉੱਗ ਜਾਂਦੀਆਂ ਹਨ ਮਾਸ਼ਾਅੱਲਾ। ਅਤੇ ਇਹਦਾ ਮੈਂ ਹੁਣ ਚੁੱਲ੍ਹਾ ਤੇਜ਼ ਕਰਾਂ ਅਤੇ ਇਹ ਨਾਲ ਨਾਲ ਪਾਣੀ ਸੁੱਕੇ ਅਤੇ ਨਾਲ ਨਾਲ ਚੈੱਕ ਕਰਾਂ ਮੈਂ ਕਲਰ ਕਿੱਡਾ ਸੋਹਣਾ ਮਾਸ਼ਾਅੱਲਾ ਆ ਗਲ ਗਈ, ਸ਼ੁਕਰ ਇਸ ਤਰ੍ਹਾਂ ਵੇਖੋ ਨਾ ਆ, ਇਹ ਟੁੱਟਦੀ ਬੜੀ ਜਲਦੀ ਹੈ, ਇਹਨੂੰ ਜ਼ਿਆਦਾ ਨਹੀਂ ਨਾ ਹਿਲਾਉਣਾ ਮੈਂ, ਅਤੇ ਹੁਣ ਮੈਂ ਪਾਣੀ ਵੀ ਸੁਕਾਉਣਾ, ਹਿਲਾਉਣਾ ਨਹੀਂ ਬਹੁਤਾ, ਥੋੜ੍ਹਾ ਜਿਹਾ ਇੰਝ ਕਰ ਲਾਂ ਤਾਂ ਕਿ ਜਿਹੜਾ ਪਾਣੀ ਸੁੱਕ ਜਾਏਗਾ। ਇਹ ਬੜੀ ਹੈਲਥੀ ਹੁੰਦੀ ਹੈ, ਮੈਂ ਤਾਂ ਸਾਲਨ ਬਣਾਉਣਾ ਸੀ ਅਤੇ ਅਸਲ 'ਚ ਮੈਂ ਅੱਜ ਸਾਰਾ ਘਰ ਸਾਫ਼ ਕੀਤਾ, ਬੈੱਡ ਸ਼ੀਟਾਂ ਚੇਂਜ ਕੀਤੀਆਂ, ਫਿਰ ਸੋਫੇ ਦੇ ਸਾੜੇ ਧੋਤੇ, ਸੁਬਹਾ ਦੀ ਮੈਂ ਸਫਾਈਆਂ ਹੀ ਲੱਗੀਆਂ ਕਰਨ, ਅਤੇ ਕਿਚਨ ਸਾਫ਼ ਕੀਤਾ, ਭਾਂਡੇ ਸੰਭਾਲੇ, ਮਹਿਮਾਨ ਆਏ ਸਨ ਤਾਂ ਸਾਰੇ ਭਾਂਡੇ ਨਿਕਲੇ ਸਨ ਬਾਹਰ, ਇਹ ਸਾਰੇ ਖਤਮ ਸੰਭਾਲ ਕੇ ਅਤੇ ਫਿਰ ਮੈਂ ਥੋੜ੍ਹੀ ਦੇਰ ਸੋ ਗਈ, ਮੈਂ ਕਿਹਾ ਇੰਨੀ ਮੈਂ ਥੱਕ ਗਈ, ਉਹਨਾਂ ਹੀ ਲੰਚ ਕੀਤਾ, ਖਾਣਾ ਖਾਣਾ ਬਣਾਇਆ, ਸਾਲਨ ਪਿਆ ਸੀ, ਰੋਟੀਆਂ ਬਣਾਈਆਂ ਆਟਾ ਗੁੰਨ ਕੇ, ਅਤੇ ਇਹ ਫਿਰ ਮੈਂ ਫਰੀਜ਼ਰ 'ਚੋਂ ਕੱਢੀ ਸੀ ਅਤੇ ਮੈਂ ਕਿਹਾ ਹੁਣ ਇਹ ਤਾਂ ਖਰਾਬ ਹੋ ਜਾਣੀ ਜੇ ਨਾ ਪਕਾਈ, ਤਾਂ ਫਿਰ ਮੈਨੂੰ ਤਾਂ ਪਕਾਉਣੀ ਪਈ, ਨਹੀਂ ਤਾਂ ਮੈਂ ਤਾਂ ਇਹਦਾ ਸਾਲਨ ਬਣਾਉਣਾ ਸੀ, ਪਰ ਹੁਣ ਸਾਲਨ ਬਣਾਉਣ ਦੀ ਹਿੰਮਤ ਨਹੀਂ ਸੀ ਹੈਗੀ, ਮੈਂ ਲੱਗੀ ਤਾਂ ਬਣਾਉਣ, ਮੈਂ ਆਲੂ ਪਾ ਕੇ ਬਣਾ ਲੈਂਦੀ ਹਾਂ, ਫਿਰ ਮੈਂ ਹਾਂ ਕਿੱਥੇ ਇੰਨਾ ਖੱਪਾਂ ਦਫਾ ਰਹਿ ਨਹੀਂ ਦਿੰਦੀ ਹਾਂ ਅਤੇ ਇਸ ਤਰ੍ਹਾਂ ਹੀ ਬਣਾ ਲੈਂਦੀ ਹਾਂ, ਫਿਸ਼ ਹੀ ਖਾਣੀ ਹੈ ਨਾ ਜਿਸ ਤਰ੍ਹਾਂ ਵੀ ਖਾਣੀ, ਮਸਾਲਾ ਤਾਂ ਅੱਗੇ ਹੀ ਮੈਂ ਕੱਲ੍ਹ ਦਾ ਲਾ ਕੇ ਰੱਖਿਆ, ਅਜੇ ਪਾਣੀ ਵੀ ਸੁੱਕ ਗਿਆ ਮਾਸ਼ਾਅੱਲਾ, ਹੁਣ ਇਹਨੂੰ ਮੈਂ ਜ਼ਰਾ ਕੱਢਾਂ ਕਿਸੇ ਭਾਂਡੇ ਵਿੱਚ ਅਤੇ ਇਹ ਵੀ ਨਾਲ ਹੀ ਧੋ ਕੇ ਰੱਖ ਦੇਵਾਂ, ਭਾਂਡੇ ਨਾ ਇਕੱਠੇ ਹੋਣ, ਮਗਰਬ ਹੋ ਗਈ ਆ ਅਤੇ ਟਾਈਮ ਮੇਰੇ ਕੋਲ ਬਿਲਕੁਲ ਥੋੜ੍ਹਾ ਹੁਣ 10 ਮਿੰਟ ਦੇ ਅੰਦਰ ਅੰਦਰ ਮੈਂ ਸਾਰਾ ਕੁਛ ਕਰਨਾ, ਥੋੜ੍ਹੇ ਜਿਹੇ ਜਿਹੜੇ ਭਾਂਡੇ ਵੀ ਮੈਂ ਤਾਂ ਇਹਨੂੰ ਵੀ ਕੱਢਾਂ ਮਸ਼ੀਨ, ਅਤੇ ਫਿਰ ਜਾਵਾਂ ਕਿਚਨ 'ਚੋਂ ਬਾਹਰ, ਕੰਮ ਖਤਮ। ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਉ, ਮੇਰਾ ਕਸਮ ਸੇ ਬਿਲਕੁਲ ਨਹੀਂ ਦਿਲ ਕਰਦਾ ਵੀਡੀਓ ਬਣਾਉਣ 'ਤੇ, ਮੈਂ ਤਾਂ ਵੀਡੀਓ ਬਣਾਉਣੀ ਹੋਈ ਛੱਡ ਦਿੱਤੀ, ਮੈਂ ਕਿਹਾ ਕੀ ਕਰਾਂ, ਇੰਨੀ ਖੱਪ ਗਈ ਹਾਂ ਮੈਂ ਵੀਡੀਓ ਬਣਾ ਬਣਾ ਕੇ, ਇੰਨੀਆਂ ਵੀਡੀਓ ਮੈਂ ਬਣਾ ਛੱਡੀਆਂ ਨੇ ਅਤੇ ਮੇਰਾ ਚੈਨਲ ਉੱਥੇ ਦਾ ਉੱਥੇ ਹੀ ਹੈ, ਮੇਰਾ ਦਿਲ ਹੀ ਨਹੀਂ ਸੀ ਕਰਨ ਡਿਆ, ਇੰਨੇ ਦਿਨ ਹੋਏ ਮੈਂ ਕਿਹਾ ਛੱਡੋ ਪਰਾਂ, ਮੇਰੇ ਕੋਲ ਨਹੀਂ ਬਣਦੀ, ਮੈਂ ਥੱਕ ਗਈ ਸੀ, ਫਿਰ ਮੈਂ ਹੈ ਇਹ ਤਾਂ ਮੈਂ ਹਿੰਮਤ ਹਾਰਨ ਵਾਲੀ ਗੱਲ ਹੈ, ਜੇ ਮੈਂ ਹੁਣ ਹਿੰਮਤ ਹਾਰ ਗਈ ਨਾ ਤਾਂ ਮੇਰਾ ਇੰਨੀ ਮਿਹਨਤ ਜ਼ਾਇਆ ਹੋ ਜਾਣੀ ਹੈ, ਮੈਂ ਅੱਗੇ ਇੰਨੀਆਂ ਵੀਡੀਓ ਇੰਨੀ ਮੁਸ਼ਕਲ ਬਣਾ ਬਣਾ ਕੇ ਲਾਈਆਂ ਤਾਂ ਸਾਰੀਆਂ ਜ਼ਾਇਆ ਹੋ ਜਾਣੀਆਂ ਨੇ, ਚੈਨਲ ਮੇਰਾ ਡਾਊਨ ਹੋ ਜਾਣਾ।
ਫਿਰ ਸਹੀ ਗੱਲ, ਮੈਂ ਦੁਬਾਰਾ ਹਿੰਮਤ ਕੀਤੀ ਅੱਜ ਮੈਂ ਬਣਾ ਹੀ ਲਵਾਂ। ਪਲੀਜ਼ ਆਈ ਨੀਡ ਸਪੋਰਟ, ਮੈਨੂੰ ਸਪੋਰਟ ਚਾਹੀਦੀ ਹੈ। ਮੇਰਾ ਚੈਨਲ ਪਲੀਜ਼ ਸ਼ੇਅਰ ਕਰ ਦਿਉ ਤਾਂ ਕਿ ਨਾ ਸਾਰਿਆਂ ਤੱਕ ਮੇਰੀ ਵੀਡੀਓ ਪਹੁੰਚੇ ਅਤੇ ਮੇਰਾ ਚੈਨਲ ਗਰੋ ਹੋਈਏ ਕਿਸੇ ਤਰ੍ਹਾਂ। ਮੈਨੂੰ ਬੜਾ ਸ਼ੌਕ ਹੈ ਆਪਣਾ ਚੈਨਲ ਚਲਾਉਣ ਦਾ, ਮੈਂ ਬੜੀ ਮਿਹਨਤ ਕਰਨ ਰਹੀ ਹਾਂ। ਮੈਨੂੰ ਅਸਲ 'ਚ ਨਾ ਦਿਲ ਕਰਦਾ ਬਾਹਰ ਸੈਰਾਂ ਕਰਨ ਦਾ, ਇਹਨਾਂ ਨੂੰ ਵੀ ਦਿਲ ਕਰਦਾ, ਇਹ ਵੀ ਬੜੇ ਸੈਰਾਂ ਕਰਨ ਦੇ ਸ਼ੌਕੀਨ ਨੇ। ਅਤੇ ਮੈਂ ਇਹ ਚੈਨਲ ਚੱਲ ਜਾਏ ਅਤੇ ਫਿਰ ਅਸੀਂ ਨਾ ਸੈਰਾਂ ਕਰੀਏ ਕਰੀਏ। ਅਤੇ ਪਲੀਜ਼ ਸਾਡੀ ਹੈਲਪ ਕਰ ਦਿਉ, ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਪਲੀਜ਼ ਉਹ ਕਰ ਦੇਣ। ਅਤੇ ਫਿਸ਼ ਹੁਣ ਤਾਂ ਮੈਂ ਰੱਖਣ ਲੱਗੀ, ਹਾਲੇ ਤਾਂ ਦਿਲ ਨਹੀਂ ਕਰਨ ਡਿਆ ਬਿਲਕੁਲ ਖਾਣ 'ਤੇ। ਅਤੇ ਅੱਲਾਹ ਕਰੇ ਮੈਨੂੰ ਆਰਾਮ ਆ ਜਾਏ, ਪਤਾ ਨਹੀਂ ਇੰਜ ਤਬੀਅਤ ਖਰਾਬ ਹੁੰਦੀ ਹੈ ਤਾਂ ਫਿਰ ਕੁਛ ਨਾ ਕੁਛ ਲੱਗੀ ਰਹਿੰਦੀ ਹਾਂ ਕਿ ਇਹ ਖਾਵਾਂ ਅਤੇ ਇਹਦੇ ਨਾਲ ਸੋਈ ਹੋ ਜਾਂਗੀ, ਇਹ ਖਾਵਾਂ ਬਸ ਇੰਜ। ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਦੇਣਾ ਜਿਨ੍ਹਾਂ ਨੇ ਕੀਤਾ ਪਲੀਜ਼। ਅਤੇ ਮੈਂ ਹੁਣ ਬੱਚਿਆਂ ਨੂੰ ਵੇਖਾਂ ਕੀ ਕਰਨ ਡੀਆਂ ਨੇ, ਅਤੇ ਨਾਲ ਥੋੜ੍ਹਾ ਜਿਹਾ ਕਿਚਨ ਸਾਫ਼ ਕਰਕੇ ਅਤੇ ਕੰਮ ਉੱਪਰਾਂ। ਇਤਨਾ ਮਜ਼ੇ ਦਾ ਬਣਿਆ ਨਾ, ਮੈਂ ਸੋਚ ਵੀ ਨਹੀਂ ਸਕਦੀ ਇੰਜ ਦਾ ਬਣੇਗਾ, ਇਹ ਤਾਂ ਬਹੁਤ ਮਜ਼ੇਦਾਰ। ਵੈਸੇ ਖੱਟੀਆਂ ਖੱਟੀਆਂ ਖੁਰਮਾਨੀਆਂ ਲੱਭਣ ਨਾ ਤਾਂ ਉਹਦਾ ਹੀ ਬੰਦਾ ਬਣਾਏ ਤਾਂ ਫਿਰ ਹੀ ਇਹ ਖੱਟਾ ਖੱਟਾ ਟੇਸਟ, ਮਿੱਠਾ ਇੰਨਾ ਮਜ਼ੇਦਾਰ ਲੱਗਣ ਡਿਆ ਨਾ। ਅਤੇ ਮੈਨੂੰ ਲੱਗਦਾ ਇਹ ਸਸਤੀਆਂ ਵੀ ਲੱਭਦੀਆਂ ਹੋਣਗੀਆਂ। ਮੈਂ ਤਾਂ ਫਸਟ ਟਾਈਮ ਜ਼ਿੰਦਗੀ 'ਚ ਬਣਾਇਆ ਪਰ ਮੈਨੂੰ ਤਾਂ ਬੜਾ ਪਸੰਦ ਆਇਆ, ਇਨਸ਼ਾਅੱਲਾ ਅੱਗੋਂ ਵੀ ਬਣਾਵਾਂ ਕਰਾਂਗੀ। ਅਤੇ ਇਹ ਤਾਂ ਬੜਾ ਜ਼ਬਰਦਸਤ ਆਈਡੀਆ ਬੰਦਾ, ਮੈਂ ਅੱਗੇ ਲਿਆਉਂਦੀ ਹੁੰਦੀ ਸਾਂ ਅਤੇ ਸਾਢੇ ਦਿਨੀ ਹੁੰਦੀ ਸਾਂ, ਮਜ਼ੇ ਦੀਆਂ ਨਹੀਂ ਸਨ ਹੁੰਦੀਆਂ ਅਤੇ ਇੰਨੀਆਂ ਤਾਂ ਮਹਿੰਗੀਆਂ ਮਿਲਦੀਆਂ ਨੇ ਅਤੇ ਜ਼ਾਇਆ ਕਰਨੀ ਹੁੰਦੀ ਸਾਂ। ਅਤੇ ਅੱਜ ਅੱਲਾ ਵੱਲੋਂ ਪਤਾ ਨਹੀਂ ਆਈਡੀਆ ਆਇਆ ਆਪਣੇ ਆਪ, ਜਿਸ ਤਰ੍ਹਾਂ ਦਿਮਾਗ 'ਚ ਆਇਆ ਕਿ ਮੈਂ ਮੁਰੱਬਾ ਬਣਾਵਾਂ, ਪਰ ਕਸਮ ਸੇ ਬਹੁਤ ਮਜ਼ੇ ਦਾ ਬਣਿਆ, ਖੱਟਾ ਅਤੇ ਮਿੱਠਾ ਥੋੜ੍ਹਾ ਜਿਹਾ ਖੱਟਾ ਖੱਟਾ ਟੇਸਟ ਆਉਣ ਡਿਆ ਅਤੇ ਬਾਕੀ ਤਾਂ ਇੰਨਾ ਮਜ਼ੇ ਦਾ ਲੱਗਣ ਡਿਆ।